खाम विकंदरी जिला किन्ना सामी तोल तन जड़ाई अपने लाहा सो सजन टोल होवे सिफत खसामी नूर अर्शों पुरसों तकी है तुत डिठी सची पाक्षा मन जन्म जन्म दी कटी है तू सुल्तान कहां होनिया तेरी कवन बड़ाई जो तू दही सो कहां सो अमी मैं मूर्ख कहन ना जाई जो तू दही सो कहां सो अमी मैं मूर्ख कहन ना जाई सतनाम वाहिगुरु साहिब जीओ गुरु करी बनवाज बुत वार आपे बुद सार गुरमुख करनी शब्द विचार बुत वार आपे बुद सार गुरमुख करनी शब्द विचार नाम रति मन निर्मल हुई हर गुण गावे हों मैं मन खोई दर सच्चे सब शोभा पाए नाम रति कुर शब्द सुहाई दर सच्चे सद शोभा पाई नाम रति कुर शब्द सुहाई वाहिगुरु जी का खालसा वाहिगुरु जी की फतेह। पिछले ही दिनों तो हफ्ते के सात दिन की विचार आप लगातार करते आ रहे अज बुधवार उस दिन की विचार सतगुरु जी बख्शिश करते हैं। बुद्ध शब्द का अखरी अर्थ है अकल मत सियाणप विचार सियाने लोगों ने कुछ कहावत बनाई सन पर स्वार्थी लोगों ने उसके अर्थ गलत कट गए। शायद किसी सियाने दाने पुरख की सोच विचों एक गल आई हो बुद्ध काम सुन पर समय ने ये अर्थ गलत कर दिते भी शायद बुद्ध का अर्थ बुधवार है बुधवार वाले दिन जो काम करेंगे वह सूत्र आ जाएगा सौखे जी अर्थ कर दिते। हकीकत यह सी बुद्ध काम सुध का अर्थ सी भी जिदे को अकल है वह गलत काम नहीं करेगा अर्थ तो यह सन भी जे अकल नाल सोच विचार करके काम करेंगे तो गलत नहीं होएगा। गुरु की बाणी विचों भी आप बोल पढ़ने कई बारी होए इयाना करे काम आम न सके रास जे एक अद चंगी करे दूजी भी बेरास जे कि अचानक चंगा काम हो भी जाए
ਤੇਰੇ ਕੋਲ ਬਹੁਤੇ ਚੰਗੇ ਕੰਮਾਂ ਦੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਮਰਦ ਇਹਨਾਂ ਨਹੀਂ ਹੈ। ਹੁਣ ਸੰਸਾਰ ਦੇ ਅੰਦਰ ਇੱਕ ਬੜੀ ਅਜੀਬ ਗੱਲ ਹੈ, ਜਿਉਂ ਜਿਉਂ ਮਨੁੱਖ ਤਰੱਕੀ ਕਰਦਾ ਹੈ ਉਮਰ ਵੱਡੀ ਹੁੰਦੀ ਜਾਂਦੀ ਕਿਉਂ ਤਾਂ ਉਹਦੀ ਬੁੱਧ ਵੀ ਪ੍ਰਕਾਸ਼ ਹੁੰਦੀ ਚਲੀ ਜਾਂਦੀ ਹੈ। ਬਚਪਨ ਦੇ ਵਿੱਚ ਗਿਆਨੀ ਮਤ ਹੁੰਦੀ ਹੈ ਤੇ ਵਡੇਰਾ ਹੋ ਜਾਏ ਤੇ ਮਤ ਸਿਆਣੀ ਹੋ ਜਾਂਦੀ ਹੈ, ਪਰ ਧਰਮ ਦੀ ਦੁਨੀਆਂ ਵਿੱਚ ਐਸਾ ਨਹੀਂ, ਧਰਮ ਦੀ ਦੁਨੀਆਂ ਵਿੱਚ ਐਸਾ ਨਹੀਂ। ਧਰਮ ਦੀ ਦੁਨੀਆਂ ਵਿੱਚ ਤੇ ਕਈ ਵਾਰੀ ਸ਼ਕਲਾਂ ਕਰਕੇ ਬੁੱਢੇ ਹੋ ਜਾਂਦੇ ਨੇ ਪਰ ਅਕਲਾਂ ਕਰਕੇ ਗਿਆਨੀ ਨਹੀਂ ਜਾਂਦੇ, ਤੇ ਕਈ ਵਾਰੀ ਐਸਾ ਵੀ ਹੋ ਸਕਦਾ ਕੋਈ ਸ਼ਕਲਾਂ ਕਰਕੇ ਬੱਚਾ ਹੋਵੇ ਔਰ ਗੁਰੂ ਚਰਨਾਂ 'ਚ ਮੱਥਾ ਟੇਕੇ ਤੇ ਗੁਰੂਆਂ ਨੂੰ ਕਵੇ ਵੀ ਮੇਰਾ ਜੀ ਕਰਦਾ ਮੈਂ ਤੇਰਾ ਨਾਂ ਬਾਬਾ ਬੁੱਢਾ ਰੱਖਦੇ ਹਾਂ, ਉਮਰ 12 ਸਾਲ ਦੀ ਹੋਵੇ, ਹਜੇ ਮੂੰਹ ਤੇ ਇੱਕ ਦਾੜੀ ਦਾ ਵਾਲ ਵੀ ਨਾ ਆਇਆ ਹੋਵੇ, ਐਸਾ ਵੀ ਹੋ ਸਕਦਾ। ਹੋ ਸਕਦਾ ਕੋਈ ਬਜ਼ੁਰਗ ਹੋ ਗਿਆ ਹੋਵੇ, ਇੱਕ ਸ਼ਿਕਸ਼ਾ ਦੀ ਵਚਨ ਕਹਿੰਦੇ ਹਾਂ, ਉਹਨੇ ਬੱਚਾ ਲਿਖਿਆ ਬੜਾ ਪਿਆਰਾ, ਕਹਿੰਦੇ ਬਜ਼ੁਰਗੀ ਦਾ ਅਕਲ ਅਸਤ ਨਾਂਕੇ ਬਾਸਾਦ ਤੁਅੰਕਰੀ ਬਾਦਲ ਅਸਤ ਨਾਂਕੇ ਬਾਬਾਦ। ਤੁਅੰਕਰੀ ਕਹਿੰਦੇ ਨੇ ਅਮੀਰੀ ਨੂੰ, ਅਮੀਰੀ ਕਦੇ ਵੀ ਕਿਸੇ ਧਨ ਦੌਲਤ ਨਾਲ ਨਹੀਂ ਹੁੰਦੀ, ਅਮੀਰੀ ਦਿਲ ਨਾਲ ਹੁੰਦੀ ਹੈ। ਕਈ ਬੰਦਿਆਂ ਕੋਲ ਬਹੁਤ ਕੁਝ ਹੈ ਪਰ ਫਿਰ ਵੀ ਦੂਜੇ ਦਾ ਖੋਣਾ ਜਾਣਦੇ ਨੇ, ਕਈ ਬੰਦਿਆਂ ਕੋਲ ਇੱਕ ਰੋਟੀ ਹੁੰਦੀ ਹੈ ਉਹ ਵੀ ਕਿਸੇ ਨਾਲ ਵੰਡ ਕੇ ਖਾਣੀ ਚਾਹੁੰਦੇ ਨੇ। ਤੁਅੰਕਰੀ ਬਦਲ ਅਸਤ, ਅਮੀਰੀ ਦਿਲ ਨਾਲ ਹੁੰਦੀ ਹੈ, ਅਮੀਰੀ ਧਨ ਦੌਲਤ ਨਾਲ ਨਹੀਂ ਹੁੰਦੀ। ਬਜ਼ੁਰਗੀ ਦਾ ਅਕਲ ਅਸਤ ਰੱਖ ਕੇ ਬਾਸਾਲ, ਬਜ਼ੁਰਗੀ ਅਕਲ ਦੀ ਹੁੰਦੀ ਹੈ, ਬਜ਼ੁਰਗੀ ਸਾਲਾਂ ਦੀ ਨਹੀਂ ਹੁੰਦੀ। ਹੋ ਸਕਦਾ ਕੁਝ ਸਾਲਾਂ ਕਰਕੇ ਬਜ਼ੁਰਗ ਹੋ ਗਿਆ ਹੋਵੇ ਪਰ ਹਜੇ ਉਹਦੀ ਅਕਲ ਗਿਆਨੀ ਹੋਵੇ। ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਵੀ ਭਲਿਆ ਪੁਰਖਾ, ਦੁਨੀਆਂ ਵਿੱਚ ਤੇ ਹੋ ਸਕਦਾ ਮਨੁੱਖ ਦੀ ਉਮਰ ਵਡੇਰੀ ਹੋਵੇ ਤੇ ਉਹਦੀ ਅਕਲ ਵੀ ਸਿਆਣੀ ਹੋ ਜਾਏ, ਪਰ ਇਹ ਗੱਲ ਧਰਮ ਦੀ ਦੁਨੀਆਂ ਵਿੱਚ ਨਹੀਂ ਹੁੰਦੀ। ਧਰਮ ਦੀ ਦੁਨੀਆਂ ਵਿੱਚ ਤੇ ਕਈ ਵਾਰੀ ਕੁਝ ਸ਼ਕਲਾਂ ਕਰਕੇ ਬੁੱਢਾ ਹੋ ਜਾਏ ਪਰ ਅਕਲਾਂ ਕਰਕੇ ਗਿਆਨਾ ਵੀ ਹੋ ਸਕਦਾ। ਇਸ ਲਈ ਮੇਰੇ ਗੁਰਦੇਵ ਵੀ ਇੱਕ ਬਚਨ ਰੱਖਦੇ ਨੇ, ਕਹਿੰਦੇ ਭਲਿਆ ਗੁਰ ਕੀ ਮੱਤ ਤੋਂ ਦੇਹੇ ਗਿਆਨੇ। ਮੈਨੂੰ ਲੱਗਦਾ ਤੂੰ ਹਜੇ ਬੱਚਾ ਹੀ ਹੈ, ਨਹੀਂ ਤੇ ਤੂੰ ਆਪਣੇ ਕਾਰਜ ਪ੍ਰਤੀ ਸੁਚੇਤ ਹੋ ਜਾਣਾ ਸੀ। ਗੁਰ ਕੀ ਮੱਤ ਤੋਂ ਦੇਹੇ ਗਿਆਨੇ, ਭਗਤ ਬਿਨਾਂ ਤੋਂ ਡੁੱਬੇ ਸਿਆਣੇ। ਮੈਂ ਬੜੇ ਸਿਆਣੇ ਤੋਂ ਸਿਆਣੇ ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਉੱਤਮ ਸਮਝਦੇ ਨੇ, ਮੈਂ ਉਹਨਾਂ ਨੂੰ ਡੁੱਬਦਿਆਂ ਵੇਖਿਆ। ਤਾਂ ਕਰਕੇ ਮੈਂ ਤੈਨੂੰ ਇੱਕ ਗੱਲ ਕਹਿੰਦਾ, ਪੁੱਤਰਾ ਜੇ ਮੇਰੇ ਕੋਲ ਆਇਆ ਨਾ ਤਾਂ ਮੈਂ ਤੈਨੂੰ ਇੱਕ ਅਕਲ ਦੇਣੀ ਚਾਹੁੰਦਾ, ਮੱਤ ਦੇਣੀ ਚਾਹੁੰਦੇ, ਸਿਆਣਪ ਦੇਣੀ ਚਾਹੁੰਦੇ, ਬੁੱਧ ਦੇਣੀ ਚਾਹੁੰਦੇ, ਵਿਵੇਕ ਦੇਣੇ ਚਾਹੁੰਦੇ, ਤਾਂ ਕਿ ਤੇਰੇ ਜੀਵਨ ਅੰਦਰ ਤੇਰੀ ਜ਼ਿੰਦਗੀ ਦਾ ਕਾਰਜ ਰਾਸ ਆ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਹਰ ਪੈਰ ਪੈਰ ਤੇ ਕਦਮ ਕਦਮ ਤੇ ਸੁਚੇਤ ਕਰਦੀ ਹੈ, ਭਲਿਆ ਤੇਰਾ ਕਾਰਜ ਬੁੱਧਵਾਰ ਨੂੰ ਰਾਸ ਨਹੀਂ ਆਉਣਾ, ਤੇਰੇ ਮਨ ਦਾ ਭੁਲੇਖਾ ਹੋ ਸਕਦਾ ਹੈ। ਬੜੀ ਦੁਨੀਆਂ ਐਸੀ ਹੈ ਜਿਹਨਾਂ ਦੀ ਬੁੱਧਵਾਰ ਨੂੰ ਮੌਤ ਹੋ ਜਾਂਦੀ ਹੈ, ਬੜੀ ਦੁਨੀਆਂ ਐਸੀ ਹੈ ਜਿਹਨਾਂ ਦੇ ਬੁੱਧਵਾਰ ਨੂੰ ਐਕਸੀਡੈਂਟ ਹੋ ਜਾਂਦੇ ਨੇ, ਬੜੀ ਦੁਨੀਆਂ ਐਸੀ ਹੈ ਜਿਹੜੇ ਬੁੱਧਵਾਰ ਨੂੰ ਆਪਣੀ ਜ਼ਿੰਦਗੀ ਦੇ ਅਨੇਕਾਂ ਦੁੱਖਾਂ ਦੀ ਕਹਾਣੀ ਛੇੜ ਲੈਂਦੇ ਨੇ ਤੇ ਉਹਨਾਂ ਦਾ ਕੰਮ ਸੁਧ ਕਿਉਂ ਨਾ ਹੋਇਆ। ਮੇਰੇ ਮਾਲਕ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਨਹੀਂ ਭਲਿਆ ਤੇਰਾ ਕੰਮ ਸੁਧ ਕਿਵੇਂ ਹੋਣਾ ਹੈ, ਤੇਰਾ ਕਾਰਜ ਰਾਸ ਕਿਵੇਂ ਹੋਣਾ ਹੈ, ਗੁਰਬਾਣੀ ਨੂੰ ਪੁੱਛ ਕੇ ਦੇਖ। ਗੁਰਬਾਣੀ ਨਹੀਂ ਮੰਨਦੀ ਕੇਵਲ ਬੁੱਧਵਾਰ ਵਾਲੇ ਦਿਨ ਰਾਸ ਹੋਣਾ, ਗੁਰਬਾਣੀ ਤੇ ਇਹ ਮੰਨਦੀ ਹੈ, ਧਰਨ ਸਵਰਨੀ ਖੜ ਰਤਨ ਜਗਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ, ਸਭੇ ਕਾਰਜ ਸੁਵੇਰੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ। ਗੁਰਬਾਣੀ ਤੇ ਮੰਨਦੀ ਹੈ ਸਜਣਾ, ਬਿਘਨ ਬਿਨਾਸਨ ਸਭ ਦੁੱਖ ਨਾਥਨ ਸਤਿਗੁਰ ਨਾਮ ਦਿਰਡਾਇਆ, ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ। ਤੇਰੀ ਜ਼ਿੰਦਗੀ ਦੇ ਵਿਘਨਾਂ ਦਾ ਨਾਸ਼ ਹੀ ਉਦੋਂ ਹੋਣਾ ਜਦੋਂ ਤੂੰ ਗੁਰੂ ਦੀ ਬਖਸ਼ਿਸ਼ ਦਾ ਪੱਲਾ ਪਕੜ ਲਵੇਗਾ। ਸਿਰ ਉੱਪਰ ਠਾਢਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ। ਉਹ ਮਨੁੱਖ ਨੂੰ ਜ਼ਿੰਦਗੀ ਦੇ ਅੰਦਰ ਵੱਡੀ ਵਡਿਆਈ ਅਚਰਜ ਸ਼ੋਭਾ ਕਾਰਜ ਆਇਆ ਰਾਸੇ, ਨਾਨਕ ਕੋ ਗੁਰ ਪੂਰਾ ਭੇਟੇ ਹੋ ਸਗਲੇ ਦੁੱਖ ਬਿਨਾਸੇ। ਜਿਵੇਂ ਗੁਰੂ ਚਰਨਾਂ ਵਿੱਚ ਆ ਕੇ ਕੋਟ ਆਸਰਾ ਲੈ ਰਿਹਾ, ਗੋਪਾਲ ਤੇਰਾ ਹਾਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸੁਆਰਤਾ, ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ। ਉਹਨਾਂ ਦੀ ਜ਼ਿੰਦਗੀ ਅੰਦਰ ਕਦੇ ਕੋਈ ਵਿਘਨ ਨਹੀਂ ਲੱਗਦਾ ਜਿਹੜੇ ਮੇਰੇ ਮਾਲਕ ਦਾ ਆਸਰਾ ਤੱਕ ਲੈਂਦੇ ਨੇ। ਹਜ਼ੂਰ ਦਾ ਇੱਕ ਅੰਮ੍ਰਿਤ ਵਚਨ ਬਹੁਤ ਤਵੱਜੋ ਦੇ ਕੇ ਸਮਝੋ ਜੇ, ਮੇਰੇ ਮਾਲਕ ਆਖ ਕੇ ਨੇ ਕਹਿਣ ਲੱਗੇ ਭਲਿਆ ਵੇਖ ਤੈਨੂੰ ਬਚਨ ਪੜ੍ਹ ਬਹੁਤ ਵਧੀ ਲੈਣਾ ਪਰ ਇਤਬਾਰ ਨਹੀਂ ਬਣਦਾ, ਤੇਰਾ ਵਿਸ਼ਵਾਸ ਨਹੀਂ ਬਣਦਾ। ਹਜ਼ੂਰ ਦਾ ਪਾਵਨ ਵਚਨ ਹੈ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋਂ ਬਿਨ ਨੀਤੀ ਖਟਾਨੀ, ਜੀ ਕੀ ਏਕਾ ਕੀ ਪਹਿਮਾਨੀ।
अबर जतन कर रहे बहुत तेरे तिन तिन नहीं कीमत जानी मालक ने चरणा विच आके बेनती कर मालक दे चरणा विच आके अरदोई कर सजना सतगुरु दाता तेरी झोली विच अमृत वचन पावेगा ਉਹ ਭਲਿਆ ਪੁਰਖਾ ਜੇ ਕਾਰਜ ਰਾਸ ਕਰਨਾ ਚਾਹੁੰਦਾ ਹੈ ਨਾ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਆ ਗੁਰੂ ਦੇ ਚਰਨਾਂ ਵਿੱਚ ਆ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਉਹਦੀ ਜ਼ਿੰਦਗੀ ਦੇ ਅੰਦਰ ਕਦੇ ਕੋਈ ਵਿਘਨ ਨਹੀਂ ਲੱਗਦਾ ਜਿਹੜੇ ਮਾਲਕ ਦੇ ਚਰਨਾਂ ਦਾ ਊਟ ਆਸਰਾ ਲੈ ਲੈਂਦੇ ਨੇ ਬੁੱਧਵਾਰ ਨੂੰ ਕੰਮ ਬੁੱਧ ਨਹੀਂ ਹੋਣਾ ਸ਼ੁੱਧ ਨਹੀਂ ਹੋਣਾ ਗੁਰੂ ਕੋਲੋਂ ਅਕਲਿਆ ਤੇਰਾ ਕੰਮ ਸ਼ੁੱਧ ਹੋਣਾ ਗੁਰੂ ਤੇ ਤਿੰਨ ਪਹਿਰ ਪੈਰ ਤੇ ਦੱਸੇਗਾ ਦੂਜੀ ਛੋਟ ਕਵਟਣੀ ਇੱਕ ਸੋਚਿਤ ਲਾਏ ਦੂਜੇ ਭਾਵੀ ਨਾਨਕਾ ਵਹਿ ਰੁੜੰਦਲੀ ਜਾਏ ਗੁਰੂ ਤੇ ਤਿੰਨ ਕਰਮ ਕਰਮ ਤੇ ਦੱਸੇਗਾ ਤੂੰ ਕੰਮ ਕੀ ਕਰਨਾ ਤੇਰਾ ਕੰਮ ਸ਼ੁੱਧ ਕਿਵੇਂ ਆਉਣਾ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਦੇਖ ਫਿਰ ਤੈਨੂੰ ਪਤਾ ਲੱਗੇਗਾ ਅੰਨ ਕਾਏ ਰਾਤੜਿਆ ਵਕਤ ਦੋਹੇ ਨੀ ਰਾਮ ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਦੀ ਰਾਮ ਕੋਈ ਨਾ ਬੇਦੀ ਹੋਏ ਤੇਰਾ ਸਦਾ ਪਛੋਤਾਵੇ ਗੁਰੂ ਤੋਂ ਪਾਲਣਾ ਜਪੋ ਰਸਨਾ ਫਿਰ ਕਦੋਂ ਸੇਜੇ ਆਵੇ ਤਰਪਰ ਬਿਛੁਨੇ ਨੇ ਪਾਤ ਜੁੜਦੇ ਜਮ ਮਗ ਦੌਣ ਅਕੇਲੀ ਬਿਨਵੰਤ ਨਾਨਕ ਬਿਨ ਨਾਮ ਹੜਕੇ ਸਦਾ ਫਿਰਤ ਦੁਵੇਲੀ ਸਜਣਾ ਤੈਨੂੰ ਗੁਰੂ ਸਮਝ ਆਵੇਗਾ ਕਾਰਜ ਕਿਵੇਂ ਰਾਸ ਆਉਣਾ ਮਾਲਕ ਦੱਸੇਗਾ ਜਦੋਂ ਤੂੰ ਗੁਰੂ ਦੀ ਬਖਸ਼ਿਸ਼ ਦਾ ਪੱਲਾ ਪਕੜੇਗਾ ਨਾ ਫਿਰ ਗੁਰੂ ਦੱਸੇਗਾ ਸਜਣਾ ਤੇਰਾ ਕੰਮ ਕਿਵੇਂ ਸੁਤਰ ਹੋਣਾ ਇੱਕ ਬਚਨ ਹੋਰ ਕਮਾ ਫਿਰ ਆਪਾਂ ਗੱਲ ਅੱਗੇ ਤੁਰਦੇ ਸਤਿਗੁਰ ਦਾਤੇ ਨੇ ਅੰਮ੍ਰਿਤ ਬਚਨ ਬਖਸ਼ਿਸ਼ ਕੀਤਾ ਹੈ ਹਜ਼ੂਰ ਆਖਦੇ ਨੇ ਕਹਿੰਦੇ ਕਦੇ ਆਪਣੇ ਜੀਵਨ ਵੱਲ ਝਾਤ ਮਾਰ ਕੇ ਦੇਖ ਫਿਰ ਤੇਰੇ ਸਾਹਮਣੇ ਬਿਲਕੁਲ ਗੱਲ ਸਪਸ਼ਟ ਹੋ ਜਾਏਗੀ ਪਹਿਲਾਂ ਕੁਛ ਵੀ ਮੈਂ ਆਇਆ ਕੀ ਕਰਨਾ ਤੇ ਗੁਰਦੇਵ ਜਵਾਬ ਦੇਣਗੇ ਵੀ ਤੂੰ ਰੱਬ ਦੇ ਮਿਲਾਪ ਲਈ ਆਇਆ ਸ਼ਬਦ ਬੜੀ ਵਾਰੀ ਪੜ੍ਹਦੇ ਹੋ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਹੁਣ ਇਹ ਕਾਰਜ ਰਾਸ ਕਿਵੇਂ ਆਏਗਾ ਹਜ਼ੂਰ ਦਾ ਪਾਵਨ ਬੱਚਨ ਹੈ ਕਹਿ ਲੱਗੇ ਇਹ ਰਾਸ ਤਾਂ ਆਉਣਾ ਇਹ ਕਾਰਜ ਰਾਸ ਤਾਂ ਆਉਣਾ ਜੇ ਗੁਰੂ ਦੀ ਮਿਹਰ ਦਾ ਪਾਤਰ ਬਣੇਗਾ ਅੰਮ੍ਰਿਤ ਬੱਚਨ ਹੈ ਸਤਿਗੁਰ ਸੱਚੇ ਪਾਤਸ਼ਾਹ ਦਾ ਗੁਰੂ ਇੱਕ ਗੱਲ ਸਮਝਾਏਗਾ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਯੰਕਰ ਸਾਧੇ ਪੰਜ ਜਨਾਂ ਸਿਓ ਸੰਗ ਨਾਲ ਛੁਟਕਿਓ ਅਦਕ ਅਹੰਗ ਬੁੱਧ ਬਾਧੇ ਪਿਆਰੇ ਇਨ ਵਿੱਚ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੋਮੀ ਕੈ ਦੁਆਰੇ ਦੀਜੈ ਬੁੱਧ ਬਿਵੇਕਾ ਬਿਵੇਕਾ ਸ਼ਬਦ ਦਾ ਅਰਥ ਵੀ ਗਿਆਨਵਾਨ ਹੁੰਦਾ ਹੈ ਗਿਆਨ ਹੁੰਦਾ ਹੈ ਤੇ ਸਤਿਗੁਰੂ ਕਿਰਪਾ ਕਰਦੇ ਨੇ ਕਹਿਣ ਕੇ ਜੇ ਤੇਰੇ ਗਿਰਦੇ ਵਿੱਚ ਗਿਆਨ ਹੈ ਸੱਜਣਾ ਧਰਮ ਹੀ ਤਾਂ ਕਮਾ ਸਕਦਾ ਦੋ ਉਦਾਹਰਨਾਂ ਹੋਰ ਜੇ ਕਿਵੇਂ ਕੀ ਗੱਲ ਤੋਰ ਲਈ ਬੱਚਨ ਪੜ੍ਹਦੇ ਹੋ ਬੜੀ ਵਾਰੀ ਕਬੀਰ ਜਹਾਂ ਗਿਆਨ ਤਹਿ ਧਰਮ ਹੈ ਜਿੱਥੇ ਗਿਆਨ ਹੈ ਧਰਮ ਰਹਿੰਦਾ ਹੀ ਉੱਥੇ ਹੈ ਧਰਮ ਭਾਵੇਂ ਸ਼ਰਧਾ ਰੱਦ ਵੀ ਚੱਲਦਾ ਪਰ ਧਰਮ ਅਸੀਂ ਸ਼ਰਧਾ ਲੈ ਕੇ ਨਹੀਂ ਜੇ ਚੱਲਦਾ ਇੱਕ ਚੇਤਾ ਰੱਖਣਾ ਜਦੋਂ ਤੁਸੀਂ ਜਪਜੀ ਸਾਹਿਬ ਦੇ ਪੰਜ ਖੰਡਾਂ ਨੂੰ ਪੜ੍ਹਦੇ ਹੋ ਤੇ ਪੰਜ ਖੰਡਾਂ ਵਿੱਚੋਂ ਜਿਉਂ ਧਰਮ ਖੰਡ ਹੈ ਤੇ ਨਾਲ ਗਿਆਨ ਖੰਡ ਹੈ ਸਜਣਾ ਜੇ ਗਿਆਨ ਤੋਂ ਸੱਖਣਾ ਹੋ ਕੇ ਜ਼ਿੰਦਗੀ ਗੁਜ਼ਾਰੇਗਾ ਆਪਣੀ ਜ਼ਿੰਦਗੀ ਦੇ ਕਾਰਜ ਰਾਸ ਨਹੀਂ ਕਰ ਸਕਦਾ ਗੁਰੂ ਕੋਲੋਂ ਮਤ ਲੈ ਗੁਰੂ ਕੋਲੋਂ ਬੁੱਧ ਲੈ ਗੁਰੂ ਇੱਕ ਬਚਨ ਦੱਸੇਗਾ ਜਦੋਂ ਆਕੇ ਅਰਦਾਸ ਕਰੇਗਾ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਝ ਧਿਆਈ ਪਟਕਣਾ ਦਾ ਕਾਰਨ ਤੇ ਸਿਰਫ ਇੱਕੋ ਹੀ ਹੈ ਵੀ ਸਾਨੂੰ ਗੁਰੂ ਦੀ ਮਤ ਨਹੀਂ ਹੈ ਸਾਡੇ ਕੋਲ ਗੁਰਮਤ ਦੀ ਦਾਤ ਨਹੀਂ ਹੈ ਸਾਡੇ ਕੋਲ ਪਟਕਣਾ ਦਾ ਕਾਰਨ ਤੇ ਹੋਇਆ ਨਾ ਕੁਝ ਕੁ ਉਦਾਹਰਨਾਂ ਹੋਰ ਤੁਹਾਡੇ ਖਿਆਲ ਵਿੱਚ ਰੱਖ ਇੱਕ ਮੇਰੀ ਜੀ ਮੈਂ ਪਹਿਲੋਂ ਕਰਨ ਲੱਗਿਆ ਜਿਹਨਾਂ ਦਾ ਗੁਰੂ ਅਧੂਰਾ ਹੋਵੇ ਨਾ ਉਹ ਸੇਵਕ ਅਧੂਰਾ ਫਿਰਦਾ ਹੋਵੇ ਕੋਈ ਇਤਰਾਜ਼ ਨਹੀਂ ਕਿਉਂਕਿ ਕੱਚਿਆਂ ਨਾਲ ਜੋੜ ਕੇ ਮਨੁੱਖ ਪੱਕਿਆਂ ਦੀ ਆਸ ਕਿਵੇਂ ਰੱਖ ਸਕਦਾ ਹੈ ਅਧੂਰੀਆਂ ਨਾਲ ਜੋੜ ਕੇ ਪੂਰੇ ਹੋਣ ਦੀ ਆਸ ਕਿਵੇਂ ਰੱਖ ਸਕਦਾ ਹੈ ਪਰ ਜਿਹੜਾ ਗੁਰੂ ਪੂਰਾ ਹੋਵੇ ਤਾਂ ਸਿੱਖ ਅਧੂਰਾ ਹੋਵੇ ਫਿਰ ਇੱਥੇ ਦੁੱਖ ਦੀ ਬਾਤ ਹੈ ਨਾ ਦੇਖੋ ਕਿਤੇ ਬਾਕੀ ਧਾਰਮਿਕ ਗ੍ਰੰਥਾਂ ਵਿੱਚ ਜੋ ਕੁਝ ਉਹਨਾਂ ਨੇ ਧਾਰਮਿਕ ਗ੍ਰੰਥਾਂ ਵਿੱਚ ਆਖਿਆ ਮਾਫ ਕਰਨਾ ਉਹਨਾਂ ਦੇ ਜੀਵਨ ਵਿੱਚੋਂ ਨਹੀਂ ਹੈ ਪਰ
गुरमत ने जो कुछ सतगुरु जी ने सानू गुरु ग्रंथ साहिब जी की पवित्र बाणी में आख्या है वह आप जीवन जो के विखाया आप जीवन जो के विखाया कदे तैन शक हो जाए गुरबाणी का साकार रूप गुरबाणी का प्रैक्टिकल रूप गुरबाणी का तेरिया अखर सामने वरत्या हुआ वरतारा वह इतिहास की कुख में पिया कदे खोल के वेखनी गुरबाणी के शंके बहुत ही बार इतिहास में निबट जाते बेनती कर लगा सर चार प्रमाण इतिहास में मिलते हैं गुरु अर्जुन अच्छा जी के जीवन में मिल जाते हैं जिन्होंने अमृतमयी बाणी संपादित की थी। एक प्रमाण गुरु हरगोबिंद साहिब सच्चे पातशाह जी महाराज ने चेतक निकल आई जे गुरु घर के दुखी सन एक मैं बेनती करा जो बहुत ही हमदर्दी जतावे वह बहुत खतरनाक हों जो बहुत ही हमदर्दी जतावे वह भी बहुत खतरनाक हों ख्याल रखियो हूँ उत्थे कुछ लोगों ने आके बड़ी हमदर्दी जताई सतगुरु जी एक तुहाडे घर बच्चा और वह भी लमेरी उड़ीत मगरों का प्रकाश होया ते तुसी क्यों इहो जी गल सोचते हो क्यों इहो जी मन विच विचार धारण करते हो तुसी नहीं देवी नूं पूजदे ना पूजो तुसी नहीं पूजदे ना पूजो सानू कुछ समग्री दे दिओ असी देवी दी पूजा कर रहे दो दिन की गल तुहाडे पुत्तर ने ठीक हो जाणा और जे तुसी जिद कीती तां सानू पूर्ण आस है वी जिहड़ी चेतक है ना जिहड़ी चेतक है ना उह ते माता कहिंदे सदा लगे भुल्लण लोकां च वी माता कही जांदे उन्हें आख्या वी जिहड़ी माता है ना जे क्रोध जाए दो तीन नुकसान से राजमी कर जाती या तो चेचक के दाग रह जाते या कोई अंत रह जाती है नहीं तो मौत भी हो सकती है। धन गुरु अर्जन साहब सच्चे पातशाह चुगिरदे लोग बैठ के सराहा देते हैं लेकिन हजूर ने अज भी सिख न बचन आख्या कहते सिखा गल मैं अपने पुत की नहीं दसन लगा गल मेरे पुत की नहीं है गल यह भी जेडी मुश्किल जिमें मैं हल की कल तेरी जिंदगी च मुश्किल बने तू इवें हल करी गल का दसनी सी सह वक्त ने कार सतगुर आप सवार वटी आरजा हर गोबिंद की सूख मंगल कल्याण विचारे जेड़े लोग कहते सन चेतक के दाग पै जाए एक भी दाग गुरु हरगोबिंद साहब के चेहरे से नहीं है जेड़े लोग कहते सन एक कोई ना कोई अंग बन जाएगी गुरु हरगोबिंद साहिब सच्चे पातशाह का शरीर नवा नरोआ बल्कि भाई गुरदास जी ने वड्डा जुगदा कह के उन्होंने सुनवाया जी बेनती कर रहा सर हूँ अज असी की करने बच्चा रोन लग जाए किसी गलों असी कदे डॉक्टर को नहीं दिखाते सियाने को लेके चला जाओ नहीं जी बाबा जी यहाँ कुछ करो या हाथ रौला करो तो बच्चा रो ही जा रहा है और जब तक असं उन्हें कुछ सियाने को लेके जावे दो तीन घंटे बच्चे रोते रो जाते हैं तो वो दो तीन घंटिया मगर बेचारा थक के आपे चुप कर देता असं कहने बाबे की घर मत मरत गई तेनों गुरु ग्रंथ साहब तो यकीन नहीं सकना तू कि बाबिया की गल करना कि देवधारी कि ज्योतिषियों की गल करना गुरु अर्जन साहब की शख्सियत दाग लाता तू उदा सिख होधारिया के दाते भटकदा हो गुरु नहीं तेन अगे देता तू गुरु नु भी दाग ला देना है दूजी उदाहरण देनी चाहना गुरु अर्जुन पातशाह का दरबार सजिया कीर्तन होया कथा हुई एक सेवक उठ के खलोया और बड़ा घबरिया जो होया खलोया कह लगे सतगुरु पातशाह जेडे घर रोज श्रद्धा भावना आके सिख संगत मत्था टेक दियां ने अग लगता इतने बड़ा वड्डा अनर्थ होगा हजूर कह लगे गल की हुई कह लगे पातशाह पिरथी चंद गंढ जोड़ करके सुरही खां चढ़ा के लेके आ गए साहब गंभीर हो गए चुप कर गए तो उस वेले सिखां ने बचन आखे कह लगे सतगुरु जी कि चंगा हो दरवेशां दा घर आपां कदों किसी नाल लड़ाई झगड़ा करना है कि चंगा हो आप एक चिट्ठी लेके भेज दीए किसी साढ़ा तो कदा झगड़ा है जी गल करनी बैठ के कर लेंगे सब जी फिर अडोल रहे हूँ तीजी दूजी बारी उन्होंने फिर बचन आखे भी सतगुरु जी असं गल समझ गए हैं भाई तुम कोई लिखती सबूत नहीं देना चाहते चलो सौ बंदे भेज देने आप भाई गुरदास जी वर्गे
बाबा बुढ़ा जी वर्गे, भाई साधो जी वर्गे, भाई बैदो जी वर्गे, भाई मंझ वर्गे चंगे गुरु के सिख गुरु चरणा विच ने ते तुसी उन्हां नूं भेजदे आपां ਉਹ ਜਾ ਕੇ ਗੱਲ ਕਰ ਲਾਂਗੇ ਵੀ ਕੋਈ ਵੱਡੀ ਗੱਲ ਨਹੀਂ ਆਪਣਾ ਪੱਖ ਸਮਝਾ ਲਾਂਗੇ ਸਾਹਿਬ ਜੀ ਫਿਰ ਵੀ ਡੋਲ ਰਹੇ ਨਾ ਹਾਂ ਚ ਨਾ ਨਾ ਚ ਕੋਈ ਜਵਾਬ ਨਾ ਦਿੱਤਾ ਤੇ ਆਖਿਰ ਸਿੱਖਾਂ ਨੇ ਬਚਨ ਆਖਿਆ ਜੀ ਸਤਿਗੁਰੂ ਜੀ ਤੁਹਾਡਾ ਦੋਨੇ ਗੱਲਾਂ ਤੇ ਦਿਲ ਨਹੀਂ ਜੱਚਦਾ ਮਨ ਨਹੀਂ ਜੱਚਦਾ ਤੁਹਾਡਾ ਮਨ ਨਹੀਂ ਭਤੀਜਦਾ ਤਾਂ ਤੁਸੀਂ ਕਿਰਪਾ ਕਰੋ ਸਾਨੂੰ ਆਗਿਆ ਤੇ ਦਿਓ ਅਸੀਂ ਕੁਛ ਨਾ ਕੁਛ ਤੇ ਕਰੀਏ ਨਾ ਇਵੇਂ ਤੇ ਆ ਜਾਏ ਕੱਲ੍ਹ ਤਬਾਹੀ ਬਿਟਾ ਕੇ ਚਲਾ ਜਾਏ ਇਹ ਤੇ ਗੁਰਸਿੱਖੀ ਦੀ ਦਾਤ ਨਹੀਂ ਹੈ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੀ ਚੁੱਪ ਤੋੜੀ ਕਹਿਣ ਲੱਗੇ ਮੇਰਾ ਸਰੰਦਾ ਲਿਆਓ ਸਤਿਗੁਰ ਜੀ ਜੰਗ ਦੇ ਮੈਦਾਨ ਦੀ ਤਿਆਰੀ ਕਰਨੀ ਹੈ ਉਹ ਕੋਈ ਕੀਰਤਨ ਕਥਾ ਸੁਣ ਨਹੀਂ ਆ ਰਿਹਾ ਸਾਹਿਬ ਕਹਿਣ ਲੱਗੇ ਕੋਈ ਗੱਲ ਨਹੀਂ ਤੁਸੀਂ ਮੇਰਾ ਸਰੰਦਾ ਲਿਆਓ ਸਰੰਦਾ ਦੇਣ ਦਾ ਹਜ਼ੂਰ ਨੇ ਸ਼ਬਦ ਗਾਵਿਆ ਪ੍ਰਥਮੇ ਮਤਾ ਦੀ ਪੱਤਰੀ ਚਲਾਵੋ ਦੁਤੀਏ ਮਤਾ ਦੇ ਮਨ ਪਰਚਾਵੋ तृतीय मता कुछ करो पाया मैं सब कुछ छोड़ प्रभु तू ही ध्याया ये अर्थ गलत ना कढ़ लेना भी कि असी सारा कुछ छड़ के एक आसरे झुके बैठ जाइए भी आपे कृपा करेगा दरबार साहब से जिन्होंने हमला किया कि असी कुछ ना करिए माफ कर दो ये दूजा पक्ष भी मैं इतने स्पष्ट कर दिया फिर अगे गल तोड़ने आप सिखी के तीन पड़ा ने दस कई बार बेनती करता सिखी च तीन पड़ा ने सब तो पहला अपील फिर दलील फिर शमशीर गुरु नानक साहब जी तो लैके गुरु रामदास साहब सच्चे पातशाह तक उन्होंने कृपा की सब तो पहला उन्होंने अपील की जेडे लोग अपील ना मने गुरु अर्जन पातशाह ने तत्ती तवी ते बैठ के दलील दिती जेडे लोग दलील बिना मने छेवें पातशाह ने शमशीर चुकी ਸੱਤਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਨੇ ਫਿਰ ਅਪੀਲ ਕੀਤੀ ਜਿਹੜੇ ਲੋਕ ਨਾ ਮੰਨੇ ਨੌਵੇਂ ਪਾਤਸ਼ਾਹ ਨੇ ਦਲੀਲ ਦਿੱਤੀ ਜਿਹੜੇ ਲੋਕ ਫਿਰ ਵੀ ਨਾ ਮੰਨੇ ਦਸਵੇਂ ਪਾਤਸ਼ਾਹ ਨੇ ਫਿਰ ਛੁਰਛੀ ਚੁੱਕੀ ਇਹ ਐਵੇਂ ਨਹੀਂ ਬਚਨ ਕਹੇ ਜਾਂਦੇ ਭਾਈ ਜਦੋਂ ਸਾਰੇ ਲੀਲੇ ਵਸੀਲੇ ਲੰਘ ਜਾਣ ਤੇ ਕਿਰਪਾਨ ਦੀ ਹੱਥ ਤੇ ਕਿਰਪਾਨ ਦੀ ਮੁੱਠੀ ਤੇ ਹੱਥ ਜਾਣਾ ਜਾਇਜ਼ ਹੈ ਬਿਲਕੁਲ ਹੋਣਾ ਚਾਹੀਦਾ ਮੈਂ ਬੇਨਤੀ ਕਰਾਂ ਪਰ ਪਹਿਲਾਂ ਇਹ ਪਹਿਲਾ ਵਸੀਲਾ ਹੈ ਉਸੇ ਗੱਲ ਵੱਲ ਚੱਲੀਏ ਸਿੱਖ ਨੇ ਆ ਕੇ ਬੇਨਤੀ ਕੀਤੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਰੱਬ ਦੀ ਬਾਣੀ ਦਾ ਸ਼ਬਦ ਪੜ੍ਹਿਆ ਕੁਝ ਸਮੇਂ ਤੋਂ ਬਾਅਦ ਸਿੱਖ ਇੱਕ ਫਿਰ ਆਇਆ ਭੱਜਿਆ ਹੋਇਆ ਸਾਹ ਚੜਿਆ ਹੋਇਆ ਹੈ ਤੇ ਉਹਦੇ ਕੋਲ ਖੁਸ਼ੀ ਸੰਭਾਲੀ ਨਹੀਂ ਜਾਂਦੀ ਸਹਿ ਪੁੱਛਣ ਲੱਗੇ ਵੀ ਭਲਿਆ ਕੀ ਗੱਲ ਹੋ ਗਈ ਇਹ ਨੌਕਰੀਆ ਕਿਵੇਂ ਹੈ ਉਹ ਕਹਿਣ ਲੱਗਿਆ ਦਾਤਿਆ ਕਮਾਲ ਹੋ ਗਿਆ ਸਹਿਬ ਕਹਿਣ ਲੱਗੇ ਕੀ ਹੋਇਆ ਕਹਿਣ ਲੱਗੇ ਦਾਤਿਆ ਸੁਲਗੀ ਕਾ ਭੱਠੇ ਵਿੱਚ ਸੜ ਕੇ ਮਰ ਗਿਆ ਮੇਰਾ ਗਿਆ ਸਾਂਝਾ ਸਤਿਗੁਰੂ ਨੇ ਫਿਰ ਬਦਲ ਆਖਿਆ ਕਹਿਣ ਲੱਗੇ ਜਿਹਨੇ ਕੰਮ ਕੀਤਾ ਮੈਂ ਉਹਦਾ ਧੰਨਵਾਦ ਕਰਨ ਸਰੰਦਾ ਮੇਰਾ ਫਿਰ ਲਿਆਓ ਫਿਰ ਸਰੰਦਾ ਪਕੜਿਆ ਤੇ ਸਾਹਿਬ ਨੇ ਇਹ ਨਹੀਂ ਆਖਿਆ ਵੀ ਮੇਰੇ ਕਿਸੇ ਕਾਰਨ ਸੁਲਗੀ ਕਾ ਮਰਿਆ ਬਚਨ ਆਖਿਆ ਸੁਲਗੀ ਤੇ ਨਾਰਾਇਣ ਰੱਖ ਰੱਬਾ ਤੂੰ ਕਿਰਪਾ ਕਰਨਾ ਹੈ ਤੂੰ ਬਖਸ਼ਿਸ਼ ਕਰਨਾ ਹੈ ਜਦੋਂ ਕੋਈ ਤੇਰੀ ਝੋਲੀ ਵਿੱਚ ਪੈ ਜਾਂਦਾ ਨਾ ਜਿਵੇਂ ਇੱਕ ਮਾਂ ਬੱਚੇ ਨੂੰ ਸੰਭਾਲਦੀ ਹੈ ਮਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਰੇ ਕਾਰਜ ਆਪ ਕਰਦੀ ਹੈ ਇਸੇ ਤਰ੍ਹਾਂ ਸਤਿਗੁਰੂ ਪਰਮੇਸ਼ਰ ਤੂੰ ਕਿਰਪਾ ਕੀਤੀ ਹੈ ਸੁਣਗੀ ਤੇ ਨਾਰਾਇਣ ਰੱਖ ਸੁਣੀ ਕਾ ਹੱਥ ਕਹੀਂ ਨਾ ਪਹੁੰਚੇ ਸੁਣਗੀ ਹੋਏ ਮੂਹਾ ਨਾ ਪਾਕ ਕਹਿਣ ਲੱਗੇ ਬੇਕਾਰ ਮੌਤ ਮਰ ਗਿਆ ਆਪਣੀ ਜ਼ਿੰਦਗੀ ਦੇ ਅੰਦਰ ਇਸਲਾਮ ਵਿੱਚ ਸੜ ਕੇ ਮਰਨਾ ਬੁਰਾ ਮੰਨਿਆ ਜਾਂਦਾ ਦੋ ਧਾਰਨਾ ਹੁੰਦੇ ਨਹੀਂ ਹੈ ਰੱਬ ਜਾਣੇ ਅਸੀਂ ਕਿਉਂ ਨਹੀਂ ਸਿੱਖਦੇ ਸਿਰਫ ਇਸ਼ਾਰੇ ਕਰਨੇ ਨੇ ਤੁਸੀਂ ਆਪੇ ਸਮਝਿਓ ਹਰਿਮੰਦਰ ਸਾਹਿਬ ਬਣਾਇਆ ਸ਼ਬਦ ਕੀ ਗਾਵੇ ਆ ਇਹ ਤੇ ਨਹੀਂ ਨਾ ਕੀਤਾ ਵੀ ਮੈਂ ਕਿਸ ਕੋਈ ਕਾਰਜ ਰਾਸ ਕੀਤਾ ਸਿੱਖਾ ਇੱਥੋਂ ਹੀ ਸਿੱਖ ਲੈ ਇੱਥੋਂ ਹੀ ਸਿੱਖ ਲੈ ਹਰਿਮੰਦਰ ਸਾਹਿਬ ਬਣਾਇਆ ਤੇ ਸ਼ਬਦ ਗਾਵੇ ਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਰੱਬੀ ਬਾਣੀ ਦੀ ਸੰਪਾਦਨਾ ਕੀਤੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੰਪਾਦਨਾ ਕੀਤੀ ਸੰਪਾਦਨਾ ਕਰਕੇ ਅਖੀਰ ਵਿੱਚ ਬਚਨ ਲਿਖ ਦਿੱਤਾ ਤੇਰਾ ਕੀਤਾ ਜਦ ਤੁਰ ਮੈਨੂੰ ਜੋਗ ਕੀ ਧੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ
आपे तरस पे होई और सिखा देख के कार्य किमें रास होने ने गुरु की बख्शिश का पल्ला पकड़ के वेख तेरी जिंदगी सुधार आ जाएगा। एक गल मैं होर चेते आ गई है, संकोच से बड़ा करते हैं, शब्द भी अदल मेरा पर मैं फिर वो गल कह के थोड़े को आगे रही अगले शब्द में चाहिए। प्रोफेसर साहब सिंह जी होने गुरु अर्जन पातशाह का जीवन लिखते एक गाथा लिखी बड़ी पहला पर अपन बीबिया बच्चिया में बेनती करा भी इस गाथा पर बहुत ख्याल दे। सतगुरु जी के चरणों में एक पंडित आया अपने पुत्र को लेकर ते उन्हें कुछ खोते उत्ते ग्रंथ भी लगे हुए ने। वह आया के कह लगे भी सतगुरु जी कृपा करो मैं तुहाडे दरबार में कथा करनी है। हजूर कह लगे जी इन करो पर कह लगे मुश्किल है भी मैं कथा अपने ग्रंथा की करनी है तुहाडी गुरबाणी की नहीं। हजूर कह लगे भी कोई गल नहीं मैं सिख नूं इन्ना पक्का कर दिता भी जल्दी कीतिया ने तेरे गल का असर नहीं होगा। हूँ जो आप झट रोल जाने ना कोई आके कथा कीर्तन करे बस उन्हें मगर तुर पे हरेक मगर ही तुर पे मैं बेनती करा सौदे के गाहक बढ़िया करो तुम किसी मनुख के गाहक ना बढ़िया करो सौदे के गाहक बढ़िया करो भाई मैं पुरानी दात लेनी है वो दात कि मिलती है मैंने इच्छे का तो बहुत पता नहीं। इंडिया के कोई सब्जी बेचना होंगे ये आप निकल के नहीं ना कहने भी सब्जी वाला कह मैं उस को लेनी है नहीं जिन्हें को तो चंकी सब्जी मिल गई इतने हजारा दुकाना ने हरेक दुकान के जितों तुम चंकी चीज मिलती उतो ले लो सी करीज है गुण की असी बंदे जाने बस मुश्किल है सब कह लगे मैं इन्हें को पक्के कर दते ने भी इन्हों की मुश्किल नहीं कोई भी आएगी तुम करो कथा और कुछ दिन अपने धार्मिक ग्रंथा की कथा की महीना को लगे होगा। आखिर वो कह लगे एक दिन भी सतगुरु जी कथा ग्रंथा की तो समाप्त हो गई तो जे तुम आ गया जो मैं थोड़ी जी कथा होर करनी चाहना हजूर कह लगे होर करो कह लगे पर कुछ दिनों की इंतजारी करनी पेगी सब कह लगे क्यों कह लगे मेरे जेडे नाल ग्रंथ ने मुक गए ने तो मैं होर मंगाने चाहना साहब कह लगे मंगा लो कोई गल नहीं जो खर्च पानी है वह गुरु घर बदल दिता जाएगा। कह लगे ठीक है मैं अपने बेटे को भेजता है दो चार छे दिन लंघ गए तो बेटा उन्होंने उठे सतगुरु बच्चे पूछे पंडित जी की मुश्किल है पैसे नहीं मिले तैयारी नहीं होनी तो तुम अपना बेटा नहीं भेजे वो कह लगे जी मैं रोज पत्रियां लिखना है तो मुहूर्त चंगा नहीं निकल गया है। साहब कह लगे भी चलो कोई नहीं जिस दिन थोड़ी विचार है जिस दिन चंगा निकलिया दस दौ। उन्होंने कुछ दिनों बाद छे सत्त दिन बाद इंतजारी करके मुहूर्त निकलिया चंगा तो उन्हें कई मंत्र जंत्र पढ़े कई कुछ किया गुरु की आज्ञा लेके कह लगे भी अब मैं अपने बेटे को तोड़ लगा हजूर कह लगे मुबारक और दूर तक छड़न गया शाम का दिमाग सजिया हैरानी की गल पंडित का मुंडा फिर बिच बैठा संगत हजूर की नजर गई साहब ने पूछा कह लगे पंडित जी भाई तुम ये भेजिया नहीं अपना बेटा कह लगे भेजिया फिर एड्डी जल्दी ले आया ग्रंथ कह लगे नहीं रस्ते चू मुड़ आया क्यों कह लगे मुश्किल ही बनी भी जलो मैं इन पिंडों बहर कर गया नगरों बहर कर गया साढ़े में एक असूल है कि जो नगरों बहर खोता हिंकदा मिल जाए तो हम बद शगनी मनते हैं तो जलों बहर गए तो खोता हिंकदा मिल गया तो वापस आ गया हूँ फिर मुहूर्त कढ़ांगा। साहब कह लगे पंडित जी क्षमा करना तुम कथा तो कई दिन के कर रहे थे पर तत् सार नहीं कढ़िया तो तत् सार अज निकल गया तुम इन्ने मंत्र पढ़े इन्ने दिन मुहूर्त न लाए देख सारा कुछ किया जे तेरे समुचे धार्मिक ग्रंथा का जे तेरे कढ़े हुए मुहूर्त का तेरे किए हुए मंत्र जंत्रा का असर एक खोता हिड़क के भंग कर दे तो माफ करना मैनू यहो जहा धर्म नहीं चाहिए मैं तो धर्म देना जरा उपल दिया देगा भी बरकरार रवे मैं तो धर्म देना जरा आरे के दंदे हथे भी बरकरार रवे मैं तो धर्म देना जरा खोपड़िया लवा के भी बरकरार रवे मैं तो धर्म देना जरा पुतों के कनेजे मूह चुका के भी बरकरार रवे मैं तो धर्म देना जरा ना मंदिर च टुटद मैं वो धर्म देना जरा ना मस्जिदा में टुटद मैं वो धर्म देना जरा ना गरीबा के घर टुटद मैं वो धर्म देना जरा ना अमीर के घर टुटद पंडित जी तुम रहन दियो थोड़े धर्म की मैनू लौट नहीं इन्हों ने मैं गुरबाणी जोड़ दिता कदे भी अपने जीवन में नहीं जुड़ रहा
यकीन करके जाने सानू गुरु ते भरोसा ही नहीं है, यकीन ही नहीं है। बुधवार को मना वाले हो, मैं तुहाडे चरणां विच हाथ जोड़ के बेनती करा, यह ना सोचा करो भी अज दिन माड़ा है अज दिन चंगा है, दिन सारे ही चंगे ने। मेरे गुरुदेव ने मोहर लाई है महादिवस मूर्त भले, जिसको नजर करे नानक मंगे दर्श दान कृपा करो हरि। आओ शब्द की विचार न जुड़िए। सतगुरु जी ने अज बुधवार के दिन सानू उपदेश दिता है कि गुरु की विचार अपने पले बनीए। सहब सतगुरु जी कृपा कर रहे ने, कहने लगे भलिया इस विचार नू अपने जीवन का अंग बनाई, फिर तेरे जीवन पेंडे अंदर करे तत्ती बाह नहीं लगेगी। बुधवार आपे बुद्ध सार, बुधवार उन्होंने लोगों की चंगा है जेडे बुधवार को गुरु की मत लेके अपना दिन गुजारते हैं, गुरु की बख्शिश लेके अपना दिन गुजारते हैं, गुरु को अकल लेके दिन गुजारते हैं। गुरु ते दसेगा ना भी सजना मन दे कौन कमत तै लीनी, पर दारा निंदिया रस रचियो राम भगत ने कीनी। गुरु ते दसेगा ना किसी की मत पापी होई ते गुरु ते पापी कहेगा ना, किसी की मत पुन्नी होई ते गुरु ते शाबाश देगा ना। गुरु बाटे गदा ते नहीं रीचदा, गुरु कर्म कांड विच नहीं रीचदा, गुरु ते सच की गल ते रीचदा। जे कार्ज रास होना करना चाहना ना बुधवार की उड़ीक ना कर, भावे वीरवार भी हो, गुरु को मत लेके काम करके देखी तेरा कार्ज रास आ जाए। गुरु दसेगा, गुरु दसेगा ए मन प्यारिया तू सदा सच संभाले, ए पुटा तू जे देखदा चलै नहीं तेरे नाले, साथ तेरे चलै नहीं किस नाल क्यों चित लाई है, ऐसा काम मूले ना कीते जित अंत पछोताई है। गुरु दसेगा जित कीता पाईए अपना सब कार बुरी क्यों कर ली है। गुरु दसेगा ये गल भलिया तू बुरे काम ना करी प्रीता, जिन्नी कमी नाहे गुण ते कमड़े विसार, मत शर्मिंदा थी बनी साईं दे दरबार। गुरु दसेगा धंधड़े कुला जितना आवे हिकड़ो, नानक तन फुटा जिना साई विसर। गुरु दसेगा भलिया तू कार्ज किवें करने ने, कार्ज तेरे रास किवें आ सकते ने। सतगुरु का अमृत वचन है बुधवार आपे बुद्ध सार, गुरमुख करनी शब्द विचार, करनी का अर्थ है जीवन। गुरमुख का जीवन किहो जिहा हुंदा है, जिहो दा शब्द विचार है। जो गुरख है सोई भल मानो, सिख के जीवन गुरबाणी मैं दूजे शब्दों में कह दिया, गुरबाणी दे ही शब्दों सिख अर्थ करता फिरदा हो, जिथे भी सिख जाए यह पता लगे भाई जो सिख का जीवन है वह जो गुरबाणी में अंकित किया हो, जो गुरबाणी में अंकित किया हो जो सिख का जीवन होगा, वह लोग मुरला उठते हो सजना, लोग मुरला उठते हो उस वे जब तू बाणा पाके गुरु का शराब खरीद दे, लोग मुरला उठते हो। तेनों तो एक मैं छोटी जी बेनती और कर दे, दो शब्दों वाल ख्याल करें, एक निवास ते दूजा खास। हरेक बंदा चाहना मेरा निवास हो, किते ना किते मेरा टिकाणा हो। दूजी गल यह भी चाहत रखता है निवास के नाल नाल हूं कोई घर वखरा तो नहीं ना बना, बनता तो उन्हें इटा उस मटीरियल का बनता, घर तो उस मटीरियल का बनना, सिर्फ लोकेशन का अंतर होना, कितने सस्ती है कितने महंगी है, जमीन का ही अंतर है ना, उत्ते ना मटीरियल सारा एक जो लगना। पहली गल बंदा निवास रखना चाहता है, दूजी गल किसी खास थान पर रखना चाहता है। गुरु कलगी धरने एक बचन आखिया, कहने लगे पुत्रा कोई आस रख दे किसी स्वर्ग की, कोई आस रख दे किसी वैश्व की, मैं सारिया नकार के मैं इको निवास चुनिया, तो मेरी नजर में उस तो वह कोई खास निवास नहीं हो सकता। वह कि सतगुरु जी हजूर ने बचन आखे सन, खालसा मेरो रूप है खास, खालसे मैं हो करो निवास। गुरु ने मनुखता में एक एड्रैस दिता सी सतना के मेरा निवास देखना होया, ते खालसे का बुआ खड़का के वे
ਉੱਠਿਆ ਸੰਸਾਰ ਤਰ ਪੁੱਟਿਆ ਮਨੁੱਖ ਦਾ ਤਰ ਪੁੱਟਿਓ ਭਰਿਆ ਤੁਤੇ ਗੁਰੂ ਗੋਬਿੰਦ ਸਿੰਘ ਦਾ ਨਿਵਾਸ ਸੀ ਤੂੰ ਅੰਦਰ ਕਿਉਂ ਧਰਤੀ ਬੈਠਾ ਜਦੋਂ ਅੰਦਰੋਂ ਨਿਕਲਿਆ ਕੋਈ ਲੋਭੀ ਅੰਦਰੋਂ ਨਿਕਲਿਆ ਕੋਈ ਸ਼ਰਾਬੀ ਅੰਦਰੋਂ ਨਿਕਲਿਆ ਕੋਈ ਧੀਆਂ ਨੂੰ ਮਾਰਨ ਵਾਲਾ ਅੰਦਰੋਂ ਨਿਕਲਿਆ ਕੋਈ ਰਿਸ਼ਵਤ ਖਾਣ ਵਾਲਾ ਅੰਦਰੋਂ ਨਿਕਲਿਆ ਕੋਈ ਗਰੀਬਾਂ ਦਾ ਲਹੂ ਪੀਣ ਵਾਲਾ ਅੰਦਰੋਂ ਨਿਕਲਿਆ ਕੋਈ ਪਾਪੀ ਮਿਰਤੀ ਵਾਲਾ ਲੋਕ ਕੁਰਲਾ ਉੱਠਿਆ ਕੋਈ ਗੁਰੂ ਗੋਬਿੰਦ ਸਿੰਘ ਦਾ ਨਿਵਾਸ ਨਹੀਂ ਹੋ ਸਕਦਾ ਤੂੰ ਠੱਗੀ ਕਰ ख्याल करो पुत्रां दे दानी ने ख्याल करो दसवें पातशाह ने ख्याल करो गुरु नानक दी जोत दे दसवें जामे वारस ने तेरे ते किड्डा माण कीता होवेगा मैं तेरे हिरदे च वसांगा पुत्रा जदों कल कोई तेरा बूहा खड़कावे ते अंदरों गुरु गोबिंद सिंह प्रगट होवे पर तेरे अंदरों गुरु की मत नहीं प्रगट होंदी हजूर कहिंदे ने गुरमुख करनी गुरमुख का जीवन गुरमुख की करनी गुरमुख का किरदार गुरमुख का करैक्टर गुरमुख का चाल चलन शब्द विचार वर्गा हो गए जो गुरु कहते उयो कुछ हो गए पिछले दिन च एक दिन डॉक्टर हरसिंदर कौर ने प्रोफेसर साहब सिंह की दोहतरी है उन्हें यूट्यूब से बयान दिते हुए ने एक रात में केवल एक रात में पिछले दिन च अमृतसर साहब जिदे उत्ते सिख बहुत मान करदा है उस अमृतसर कन्ने शहर दे विच एक रात विच 3 करोड़ रुपये की शराब पीती गई। मेरी गल तुसीं बुरा मनाउणा है मैं तुहाडे कोल आया ते पहली बारी है पर मैं किसी फिक्र नूं रख के गुरु की गल नहीं करदा मैं ते आजाद होके गुरु की गल करना है मैनू माफ करिओ श्री इहदे च बहुता हथ तुहाडा है बहुता हथ विदेशियां दा है मैं माफ करे इस गल क्यों क्योंकि अज जी पंजाब की धरती के उत्ते तुसीं की कीता पहली गल तो जिहड़ा भी उठता है वह केवल हेमकुंड साहब नूं हुण पंजाब हेमकुंड साहब का दीवाना है किसी को नहीं पता बीच रिकॉर्ड की गड़ी च की होया किसी नहीं पता बाबा बलदार सिंह बहादुर कितों दा सी किसी नहीं पता मैं जाके फतेहगढ़ साहब देख के आवां नहीं किसी को पता कौन जाता है अनंदपुर साहब कौन जाता है हजूर साहब कौन जाता है अज हरिमंदर साहब नहीं दूजी गल दूजा काम तुसी ये कीता जिहड़ियां गरीबां दीआं धीआं ब्याहुण लग पए गरीबां दीआं धीआं ना ब्याहो मैं बार बार बेनती करना जिथे भी जाना उत्थे बेनती करना है गरीबां दी धी ना ब्याह सजना गरीब नूं पैसे दे ताकि वह पैरां ते खलोवे उस गरीब नूं कह भी तैनूं मैं रिक्शा पा के देना तैनूं रेहड़ी पा के देना तैनूं दुकान पा के देना तू पैरां ते खलो तू अपनी धी आप ब्याह मैं तेरी धी क्यों ब्याहुणा है तू अपनी धी आप ब्याह तू माड़े पासे रोके तां चंगे पासे लगे असी आप पंजाब की जड़ असी आप पुट रहे हैं कोई नहीं पुट रहा तो जी बेनती कर रहा सर गुरमुख का जीवन यहोजा हो जिहोजा गुरु शब्द में दसिया हुआ है जिहोजा गुरमुख में दसिया हुआ है गुरु वचन दसिया हुआ है सतगुर सच्चे पातशाह की कृपा करते हैं अमृत वचन समझा रहे हैं कहने लगे भलिया तेरा जीवन यहोजा होना चाहिए जिहोजा गुरु शब्द है नाम रते मन निर्मल हो मन निर्मल उदों होना है तीर्थों से नहाया मन निर्मल नहीं होना मन निर्मल उदों होना है जदों गुरु के शब्द में गुरु के वचनों में गुरु की गुरमत में रत जाएगा हर गुण गावे हौ मै मलख होए ज्यों ज्यों हरि के गुण गाई जाएगा एक दिन वक्त आना जब हम होते तब तू नाही अब तू ही मैं नाही अनद अगम जैसे लहर में उदद जल केवल जल माही दर सत्या सत शोभा पाए इस गल थोड़ा जा समझ लेना जिहड़ी दुनिया ना उहदी वडियाई सानूं बड़ी सौखी मिल जाती है चार पैसे दे लो किसे नूं वडियाई हो जाती किसी जगह ते भी संस्था ते 10-20 हज़ार डालर खर्च दे अखबारां च तुहाडी चर्चा है पैसे नाल भी मिल जाती है मैं माफ करियो भेख नाल भी मिल जाती है दुनिया की वडियाई भेख नाल भी मिल जाती है पर सच्चे ने दर की शोभा नहीं जे मिलनी शोभा चाहिए उसे दर की है
ਮਨੁੱਖ ਨਾਮ ਵੀ ਹੋਣਿਆ ਰੰਗ ਕਸੁੰਭਾ ਦੇਖ ਨਾ ਭੁੱਲ ਇੱਛਦਾ ਰੰਗ ਦਿਨ ਥੋੜ੍ਹਿਆ ਛੋਛਾ ਰਿਸ਼ਦਾ ਮਨ ਆ ਦੁਨੀਆਂ ਦੀਆਂ ਵਡਿਆਈਆਂ ਤੇਰੇ ਕਿਸ ਕੰਮ ਆਉਣੀਆਂ ਨੇ ਦੁਨੀਆਂ ਕੀ ਵਡਿਆਈਆਂ ਆਵੇ ਕਮਲ ਕਾਹ ਇਹ ਕਿੰਨੇ ਕੁ ਕੰਮ ਆਉਣੀਆਂ ਨੇ ਤੇਰੇ ਚਾਰ ਦਿਨਾਂ ਦੀ ਗੱਲ ਹੈ ਮਾਇਆ ਕਾਰਾ ਸਭ ਫਿਕਾ ਜਾਤੋ ਬੰਸ ਨਿਦਾਨ ਨਿਦਾਨ ਦਾ ਅਰਥ ਹੈ ਮੂਰਖ ਉਹ ਮੂਰਖ ਬੰਦਿਆ ਤੂੰ ਕਿਉਂ ਨੀ ਸਮਝਦਾ ਦੁਨੀਆਂ ਦੀ ਵਡਿਆਈ ਤੇਰੇ ਕਿਸ ਕੰਮ ਆਉਣੀ ਜੇ ਰੱਬ ਦੇ ਘਰ ਦੀ ਵਡਿਆਈ ਲੈਣਾ ਚਾਹੁੰਦੇ ਹੋ ਤੇ ਸਾਹਿਬ ਕਹਿੰਦੇ ਨਾ ਤੇ ਪੈਸੇ ਨਾਲ ਮਿਲਣੀ ਹੈ ਨਾ ਉਹ ਕਿਸੇ ਭੇਖ ਨਾਲ ਮਿਲਣੀ ਹੈ ਉਹ ਤੇ ਸਜਣਾ ਤਾਂ ਮਿਲਣੀ ਜਿਸ ਦਿਨ ਤੇਰਾ ਜੀਵਨ ਸਚਿਆਰ ਹੋ ਗਿਆ ਮਾਫ ਕਰਨਾ ਸੀ ਪਰਦੇ ਪਾਉਣੇ ਕਦੇ ਮਾਇਆ ਦਾ ਪਰਦਾ ਪਾਉਂਦੇ ਨੇ ਮੈਨੂੰ ਲੋਕ ਚੰਗਾ ਕਹਿਣ ਸ਼ਬਦ ਮੈਨੂੰ ਵਾਰ ਵਾਰ ਖਿਆਲ ਕਰਦਾ ਮੇਰੇ ਕੋਲ ਦਿਨ ਵੀ ਪੂਰੇ ਨੇ ਪਰ ਮੈਂ ਇੱਕ ਨਿੱਕੀ ਜਿਹੀ ਗੱਲ ਕਹਿ ਦਿੰਦਾ ਬਹੁਤ ਤਵੱਜੋ ਦੇ ਕੇ ਉਸ ਦੀ ਗਹਿਰਾਈ ਵਿੱਚ ਜਾਇਓ ਜਿਸ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜਾ ਮਲਕ ਭਾਗੋ ਕੋਲ ਅਹਿਮਦਾਬਾਦ ਗਏ ਸਨ ਭਾਈ ਦਾਦੂ ਕੋਲ ਪਹਿਲਾਂ ਚਲੇ ਗਏ ਹੁਣ ਸਾਰਾ ਪਿੰਡ ਸਾਰਾ ਨਗਰ ਸਾਰੇ ਉਸ ਇਲਾਕੇ ਦੇ ਧਰਮੀ ਬੰਦੇ ਮਲਕ ਭਾਗੋ ਦੇ ਘਰ ਨਗਰ ਛਕਣ ਗਏ ਹੋਏ ਧਰਮੀ ਵੀ ਬੰਦੇ ਗਏ ਹੋਏ ਸਨ ਜਿਹੜੇ ਧਰਮੀ ਕੌਮ ਦੇ ਸਨ ਸਾਰੇ ਗਏ ਹੋਏ ਸਨ ਤੇ ਮਲਕ ਭਾਗੋ ਨੂੰ ਸੁਨੇਹਾ ਮਿਲਿਆ ਵੀ ਸਿਰਫ ਦੋ ਨਹੀਂ ਆਏ ਇੱਕ ਭਾਈ ਲਾਲੋ ਦਾ ਪਰਿਵਾਰ ਇੱਕ ਉਹਦੇ ਘਰ ਕੋਈ ਮਹਿਮਾਨ ਆਇਆ ਹੋਇਆ ਧੰਨ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਉਹਦੇ ਨਾਲ ਇੱਕ ਸਿੱਖ ਹੈ ਮਲਕ ਭਾਗੋ ਨੇ ਸੁਨੇਹਾ ਭੇਜਿਆ ਹੁਣ ਦੇਖੋ ਕਿੰਨੇ ਲੋਕ ਹੋਣਗੇ ਸਾਰਾ ਇਲਾਕਾ ਸਾਰੇ ਸਾਧ ਸਾਰੇ ਪਖੰਡੀ ਸਾਰੇ ਦੇਹਧਾਰੀ ਉੱਥੇ ਬੈਠੇ ਨੇ ਮਲਕ ਭਾਗੋ ਕੋਲ ਔਰ ਪ੍ਰਸ਼ਾਦਾ ਛਕਦੇ ਆ ਸਾਰੇ ਉਹਦੀ ਵਾਹ ਵਾਹ ਕਰ ਰਹੇ ਨੇ ਮਲਕ ਭਾਗੋ ਪੁੱਛਦਾ ਵੀ ਤੁਸੀਂ ਕਿਉਂ ਨਹੀਂ ਆਏ ਹਜ਼ੂਰ ਕਹਿਣ ਲੱਗੇ ਸਜਣਾ ਇਹ ਲੋਕ ਤੇਰੇ ਟੁੱਕੜ ਬੋਚ ਹੋ ਸਕਦੇ ਨੇ ਮੈਂ ਟੁੱਕੜ ਬੋਚ ਨਹੀਂ ਹੈ ਇਹ ਲੋਕ ਤੇਰੇ ਟੁੱਕੜ ਬੋਚ ਹੋ ਸਕਦੇ ਨੇ ਜਿਹੜੇ ਤੇਰੀ ਬੋਲੀ ਬੋਲ ਸਕਦੇ ਮੈਂ ਟੁੱਕੜ ਬੋਚ ਨਹੀਂ ਹੈ ਨਾ ਮੇਰੇ ਕੋਲ ਇਹ ਭਾਈ ਲਾਲੋ ਟੁੱਕੜ ਬੋਚ ਹੈ ਕਹਿਣ ਲੱਗੇ ਤੇਰੀ ਝੂਠੀ ਤਾਰੀਫ ਕਰਦੇ ਨੇ ਜੇ ਤੂੰ ਮੈਨੂੰ ਪੁੱਛੇ ਮੇਰੀਆਂ ਨਜ਼ਰਾਂ ਵਿੱਚ ਤੇਰੀ ਰੋਟੀ ਕੋਈ ਬਹੁਤੀ ਚੰਗੀ ਨਹੀਂ ਮੇਰੀਆਂ ਨਜ਼ਰਾਂ ਵਿੱਚ ਇਹ ਰੋਟੀ ਵਿੱਚੋਂ ਗਰੀਬਾਂ ਦਾ ਖੂਨ ਨਜ਼ਰ ਆਉਂਦਾ ਹੋਵੇ ਉਹ ਤੂੰ ਉਸ ਗੁਰੂ ਨਾਨਕ ਦਾ ਪੁੱਤਰ ਹੈ ਜਿੱਥੇ ਕੋਈ ਵੀ ਨਹੀਂ ਬੋਲਦਾ ਉੱਥੇ ਗੁਰੂ ਨਾਨਕ ਗੜਕ ਕੇ ਕਹਿੰਦਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਈ ਸੀ ਸੱਚ ਕੀ ਵੇਲਾ ਇਹ ਲੋਕ ਜਿਹੜੇ ਦਿਖਾਵੇ ਦੇ ਨੇ ਉਹ ਕਈ ਵਾਰੀ ਮਾਇਆ ਖਰਚ ਕੇ ਵੀ ਧਰਮੀ ਬੰਦਿਆਂ ਦੀ ਜ਼ੁਬਾਨ ਬੰਦ ਕਰ ਦਿੰਦੇ ਨੇ ਧਰਮੀ ਉਹ ਹੈ ਜਿਹੜਾ ਮੱਕੇ ਦੇ ਹਾਜੀਆਂ ਨੂੰ ਜਾ ਕੇ ਕਵੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਜੋਂ ਦੁਨ ਗੁਰੂ ਤੇ ਉਹ ਹੈ ਸਜਣਾ ਜਿਹੜਾ ਕਦੇ ਕਿਸੇ ਦੀ ਗੱਲ ਤੇ ਪਰਦਾ ਨਹੀਂ ਪਾਉਂਦਾ ਬਲਕਿ ਸਪਸ਼ਟ ਕਰਕੇ ਦੱਸਦਾ ਜੇ ਮੈਂ ਕਿਸੇ ਦੇ ਹੱਕ ਖਾਣ ਵਾਲਾ ਤੇ ਮੇਰਾ ਗੁਰੂ ਕਵੇਗਾ ਵੀ ਤੂੰ ਕਿਸੇ ਦਾ ਹੱਕ ਖਾਣ ਵਾਲਾ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਅੰਮ੍ਰਿਤ ਵਚਨ ਸੁਲਝਾਏ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹਉਮੈ ਮਲਕ ਹੋਏ ਹਰੀ ਦੇ ਗੁਣ ਗਾਇਆ ਹਿਰਦੇ ਵਿੱਚੋਂ ਹੰਕਾਰ ਵਾਲੀ ਮੱਤ ਖਤਮ ਹੋ ਜਾਏਗੀ ਦਰ ਸੱਚੇ ਸਦ ਸ਼ੁਭ ਅਪਾਰੇ ਸੱਚੇ ਦੇ ਦਰ ਤੇ ਸਦੀਵ ਸੱਚੀ ਵਡਿਆਈ ਮਿਲ ਜਾਏਗੀ ਨਾਮ ਰਤੇ ਗੁਰ ਸ਼ਬਦ ਸੁਹਾਏ ਜਿਹੜੇ ਨਾਮ ਵਿੱਚ ਰਚ ਜਾਂਦੇ ਨੇ ਉਹ ਗੁਰੂ ਸ਼ਬਦ ਦੇ ਦੁਆਰਾ ਫਿਰ ਸੋਹਣੇ ਲੱਗਦੇ ਨੇ ਉਹਨਾਂ ਨੂੰ ਗੁਰੂ ਸ਼ਬਦ ਦਾ ਸ਼ਿੰਗਾਰ ਕੀਤਾ ਹੁੰਦਾ ਹੈ ਗੁਰੂ ਦੇ ਅੰਮ੍ਰਿਤ ਬੋਲਾਂ ਦਾ ਸ਼ਿੰਗਾਰ ਕੀਤਾ ਹੁੰਦਾ ਹੈ ਲਾਹਾ ਨਾਮ ਪਾਏ ਗੁਰਦੁਆਰ ਜਿਹੜਾ ਅਸਲ ਵਿੱਚ ਲਾਹਾ ਨਾ ਉਹ ਨਾਮ ਦਾ ਹੈ ਇਹਾਂ ਖਾਟ ਚਲੋ ਹਰ ਨਾਮ ਸਾਹਿਬ ਜੀ ਕਹਿੰਦੇ ਨੇ ਕਹਿਣ ਲੱਗੇ ਜਿਹਨਾਂ ਕੋਲ ਇਹ ਨਾਮ ਰੂਪ ਲਾਹਾ ਹੈ ਲਾਹਾ ਨਾਮ ਪਾਏ ਗੁਰਦੁਆਰ ਗੁਰੂ ਦੇ ਦੁਆਰੇ ਤੋਂ ਤੈਨੂੰ ਉਹ ਲਾਹਾ ਮਿਲਣਾ ਆਪੇ ਦੇਵੈ ਦੇਵਣ ਹਾਰ ਇਹ ਦਾਤ ਮਾਲਕ ਆਪ ਹੀ ਦਿੰਦਾ ਕਿਸੇ ਮਨੁੱਖ ਦੇ ਮਗਰ ਲੱਗਿਆ ਇਹ ਦਾਤ ਨਹੀਂ ਜੇ ਮਿਲਣੀ ਸਾਨੂੰ ਭੁਲੇਖਾ ਹੋ ਸਕਦਾ ਸਾਨੂੰ ਭੁਲੇਖਾ ਹੋ ਸਕਦਾ ਸਾਹਿਬ ਜੀ ਕਿਰਪਾ ਕਰਦੇ ਨੇ ਜੋ ਦੇਵੈ ਤਿਸ ਕੋ ਬਲ ਜਾਈਐ ਜੋ ਦੇਵੈ ਜਿਹੜਾ ਦਿੰਦਾ ਤਿਸ ਕੋ ਬਲ ਜਾਈਏ ਕੁਰਬਾਨ ਤੇ ਉਸ ਗੁਰੂ ਤੋਂ ਜਾਈਏ ਅੱਜ ਮੈਨੂੰ ਮਾਫ ਕਰਿਓ ਗੁਲਾਮ ਦੋ ਤਰ੍ਹਾਂ ਦੇ ਹੁੰਦੇ ਨੇ ਕੈਦੀ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਉਹ ਜਿਹਨਾਂ ਦਾ ਤਨ ਕੈਦੀ ਹੋਵੇ ਇੱਕ ਉਹ ਜਿਹਨਾਂ ਦੀ ਸੋਚ ਕੈਦੀ ਹੋਵੇ ਜਿਹੜੇ ਤਨ ਦੇ ਕੈਦੀ ਨੇ ਨਾ
ਉਹ ਕਦੇ ਨਾ ਕਦੇ ਆਜ਼ਾਦ ਹੋ ਜਾਂਦੇ ਨੇ। ਇਹ ਪੰਜਾਬ ਦੀ ਅਣਖੀਲੀ ਧਰਤੀ ਸਾਨੂੰ ਦੱਸਦੀ ਹੈ। ਜਦ 1604 ਵਿੱਚ ਈਸਟ ਇੰਡੀਆ ਕੰਪਨੀ ਆਈ ਤਾਂ ਸਭ ਤੋਂ ਮਗਰੋਂ ਗੁਲਾਮ ਹੋਏ ਤਾਂ ਸਿੱਖ ਸਨ। ਜਿਹੜੇ ਸਭ ਤੋਂ ਮਗਰੋਂ ਗੁਲਾਮ ਹੋਏ, ਹਿੰਦੁਸਤਾਨ ਦੀ ਸਮੁੱਚੀ ਧਰਤੀ ਉੱਤੇ ਗੋਰਿਆਂ ਦਾ ਝੰਡਾ ਝੁਲਦਾ ਸੀ। ਇੱਕ ਪੰਜਾਬ ਦੀ ਧਰਤੀ ਸੀ ਜਿਹਦੇ ਉੱਤੇ ਸਿੱਖਾਂ ਦਾ ਗੁਰੂ ਦਾ ਨਿਸ਼ਾਨ ਝੁਲਦਾ ਸੀ। 1849 ਵਿੱਚ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਿਆ। 1849 ਤੱਕ ਦਾ ਪਰਿਵਾਰ ਖਤਮ ਹੋ ਗਿਆ। 1849 ਵਿੱਚ ਆ ਕੇ ਗੋਰਿਆਂ ਨੇ ਆਪਣਾ ਨਿਸ਼ਾਨ ਚੜਾਇਆ ਸੀ। ਸਭ ਤੋਂ ਮਗਰੋਂ ਗੁਲਾਮ ਹੋਏ ਤੇ ਯਾਦ ਰੱਖਿਓ, ਜਿਹੜੀ ਆਜ਼ਾਦੀ ਦੀ ਤੁਕ ਤੁਕੀ ਉੱਠੀ, ਜਿਹੜੀ ਆਜ਼ਾਦੀ ਦਾ ਧੂੰਆਂ ਉੱਠਿਆ, ਉਹ ਸਭ ਤੋਂ ਪਹਿਲਾਂ ਪੰਜਾਬ ਤੋਂ ਉੱਠਿਆ। ਸਭ ਤੋਂ ਪਹਿਲਾਂ ਆਜ਼ਾਦ ਹੋਏ, ਸਭ ਤੋਂ ਮਗਰੋਂ ਗੁਲਾਮ ਹੋਏ, ਸਭ ਤੋਂ ਪਹਿਲਾਂ ਆਜ਼ਾਦ ਹੋਏ, ਕਿਉਂਕਿ ਅਸੀਂ ਤਨ ਦੇ ਗੁਲਾਮ ਨਹੀਂ ਰਹਿ ਸਕਦੇ ਸੀ। ਤੇ ਅੱਜ ਉਹਨਾਂ ਲੋਕਾਂ ਨੇ ਸਾਨੂੰ ਤਨ ਦੇ ਗੁਲਾਮ ਨਹੀਂ, ਅੱਜ ਸਾਨੂੰ ਸੋਚ ਦੇ ਗੁਲਾਮ ਬਣਾ ਕੇ ਰੱਖ ਦਿੱਤਾ। ਅੱਜ ਅਸੀਂ ਗੁਰੂ ਮਗਰ ਨਹੀਂ ਜਾਂਦੇ। ਕਿਸੇ ਦੇਹਧਾਰੀ ਦੀ ਡੈਥ ਹੋਵੇ, ਆਸਟ੍ਰੇਲੀਆ 'ਚ ਮੌਤ ਹੋਈ ਸੀ ਇੱਕ ਦੇਹਧਾਰੀ ਦੀ, ਕਿਸੇ ਦੇਹਧਾਰੀ ਦੀ ਮੌਤ ਹੋਵੇ, ਸਾਰੇ ਪੰਜਾਬ ਨੂੰ ਅੱਗ ਲੱਗ ਜਾਂਦੀ ਹੈ। ਪਰ ਜੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਕੇ ਕੋਈ ਉਸ ਧਰਤੀ ਦੇ ਉੱਤੇ ਲੁਧਿਆਣੇ ਵਿੱਚ ਪੰਜਾਰਾਂ ਵਾਲੇ ਮਨ ਨੂੰ ਸੁੱਟ ਦੇਵੇ, ਤੇ ਪੰਜਾਬ ਦੀ ਧਰਤੀ ਤੇ ਖਬਰ ਵੀ ਨਹੀਂ ਕਿਸੇ ਕੋਨੇ 'ਚ ਛੱਪਦੀ ਵੀ ਅੱਜ ਕਿਸੇ ਪਾਪੀ ਨੇ ਆ ਪਾਪ ਕੀਤਾ। ਕਿਉਂਕਿ ਅਸੀਂ ਇੱਕ ਮਨੁੱਖੀ ਸੋਚ ਦੇ ਗੁਲਾਮ ਹੈ। ਮਨੁੱਖ ਦੀ ਦੇਹ ਪਿੱਛੇ ਤਾਂ ਬੜਾ ਭੱਜ ਲੈਂਦੇ ਹੈ, ਪਰ ਗੁਰੂ ਸ਼ਬਦ ਦੇ ਪੁਜਾਰੀ ਨਹੀਂ ਰਹੇ, ਗੁਰੂ ਬਚਨਾਂ ਦੇ ਪੁਜਾਰੀ ਨਹੀਂ ਰਹੇ, ਗੁਰੂ ਅੰਮ੍ਰਿਤ ਬਚਨਾਂ ਦੇ ਨਾਲੋਂ ਆਪਣਾ ਇਸ਼ਟਾ ਤੋੜ ਲਿਆ। ਜੋ ਦੇਵੈ ਤਿਸ ਕੋ ਬਲ ਜਾਈਐ, ਗੁਰ ਪ੍ਰਸਾਦੀ ਆਪ ਗਵਾਈ ਹੈ। ਗੁਰੂ ਦੀ ਕਿਰਪਾ ਦਾ ਸਦਕਾ ਅਸੀਂ ਆਪਣੇ ਹਿਰਦੇ ਵਿੱਚੋਂ ਹੰਕਾਰ ਛੱਡੀਏ। ਨਾਨਕ ਨਾਮ ਰੱਖੋ ਉਰਤਾਰ, ਉਹਦਾ ਮਤਲਬ ਹਿਰਦਾ, ਧਾਰ ਦਾ ਮਤਲਬ ਟਿਕਾ ਕੇ। ਨਾਨਕ ਸਤਿਗੁਰੂ ਜੀ ਕਿਰਪਾ ਕਰਦੇ ਨੇ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਜ਼ੁਰਗ ਬਾਪੂ ਜੀ, ਨਾਮ ਰੱਖੋ ਪੁਰਧਾਰ, ਨਾਮ ਨੂੰ ਆਪਣੇ ਹਿਰਦੇ 'ਚ ਟਿਕਾ ਕੇ ਰੱਖ, ਉਹਦਾ ਚਿਰਾਗ ਆਪਣੇ ਹਿਰਦੇ 'ਚ ਜਗਾ, ਨਾਮ ਦੀ ਰੋਸ਼ਨੀ ਵਿੱਚ ਕੋਈ ਕੰਮ ਕਰ, ਗੁਰਮਤ ਦੀ ਰੋਸ਼ਨੀ ਵਿੱਚ ਕੰਮ ਕਰ, ਗੁਰਮਤ ਦਾ ਚਿਰਾਗ ਜਗਾ ਅੰਦਰ, ਤਾਂ ਕਿ ਤੇਰਾ ਜੀਵਨ ਹਨੇਰੇ ਦੀਆਂ ਠੋਕਰਾਂ ਤੋਂ ਬਚੇ। ਦੇਵਨ ਹਾਰੇ ਕੋ ਜੈਕਾਰ, ਕਹਿਣ ਲੱਗੇ ਜਿਹੜੀ ਜੈ ਜੈਕਾਰ ਕਰਨੀ ਹੈ ਨਾ, ਉਹ ਆਪਣੇ ਗੁਰੂ ਦੀ ਕਰ ਸਜਣਾ, ਜਿਹੜਾ ਤੈਨੂੰ ਸਾਰੀਆਂ ਦਾਤਾਂ ਦਿੰਦਾ। ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ। ਤੁਸੀਂ ਕਿਸੇ ਕੱਪੜੇ ਦੀ ਦੁਕਾਨ, ਮੈਂ ਬਹੁਤੀ ਉਦਾਹਰਣਾਂ ਤੁਹਾਨੂੰ ਇੰਡੀਆ ਦੀਆਂ ਦਿਆਂਗਾ, ਕਿਉਂਕਿ ਹਰੇਕ ਦੇਸ਼ ਵਿੱਚ ਵੱਖਰਾ ਵੱਖਰਾ ਸਿਸਟਮ ਆਉਂਦਾ। ਇੰਡੀਆ 'ਚ ਤੁਸੀਂ ਕਿਸੇ ਕੱਪੜੇ ਦੀ ਦੁਕਾਨ 'ਤੇ ਜਾਓ ਨਾ, ਅਤੇ ਜਿਹੜਾ ਸੇਲਜ਼ਮੈਨ ਹੈ ਉਹਦਾ ਤੁਹਾਨੂੰ ਥੋੜ੍ਹੀ ਜਿਹੀ ਤਨਖਾਹ ਮਿਲਦੀ ਹੈ, ਉਹ ਕੱਪੜੇ ਕੱਢ ਕੱਢ ਕੇ ਦਿਖਾਏਗਾ ਅਤੇ ਵਾਰ ਵਾਰ ਗੱਲ ਕਰੇਗਾ, ਮੇਰੇ ਕੋਲ ਇੰਨਾ ਕੁਛ ਪਿਆ, ਮੇਰੇ ਕੋਲ ਬਹੁਤ ਵਰਾਇਟੀ ਪਈ ਹੈ, ਤੁਸੀਂ ਜਾਓ ਨਾ, ਮੈਨੂੰ ਦੱਸੋ, ਮੈਂ ਅੱਜ ਕੱਲ੍ਹ ਥਾਣ ਬੀਤੀ ਆ, ਮੈਂ ਕੱਲ੍ਹ ਇੰਨੇ ਮੰਗਵਾਏ ਨੇ, ਉਹ ਸਾਰੀ ਗੱਲ ਕਰੇਗਾ। ਤੁਹਾਨੂੰ ਭੁਲੇਖਾ ਜਿਹਾ ਲੱਗ ਜਾਣਾ ਵੀ ਇਹ ਬੰਦਾ ਤੇ ਗੱਲ ਕਰਦਾ ਆਪਣੀ, ਅਤੇ ਸ਼ਾਇਦ ਤੁਸੀਂ ਉਹਦੇ ਕੋਲ ਇੱਕ ਰੁਮਾਲ ਦਾ ਵੀ ਕੱਪੜਾ ਮੰਗ ਕੇ ਦੇਖੋ ਨਾ, ਵੀ ਰੁਮਾਲ ਦੇ ਦੇ, ਮੇਰੇ ਪੈਸੇ ਨਹੀਂ ਦੇਣੇ। ਉਸੇ ਵੇਲੇ ਕਹੇਗਾ ਵੀ ਸੱਜਣਾ ਜੀ, ਇੱਕ ਰੁਮਾਲ ਵੀ ਲੈਣਾ ਨਾ, ਤਾਂ ਉਹ ਕੋਹਣੇ 'ਚ ਬੈਠਾ ਮਾਲਕ, ਉਹਦੇ ਨਾਲ ਗੱਲ ਕਰ, ਉਹ ਮਾਲਕ ਕੋਹਣੇ 'ਚ ਬੈਠਾ, ਗੱਲ ਉਹਦੇ ਨਾਲ ਕਰ, ਮੈਂ ਤੈਨੂੰ ਕੁਝ ਖਾਲੀ ਅਤੇ ਇੱਕ ਰੁਮਾਲ ਦਾ ਟੁਕੜਾ ਵੀ ਨਹੀਂ ਦੇ ਸਕਦਾ। ਮੈਂ ਕਹਿੰਦਾ ਭਾਵੇਂ ਇਹ ਆ ਵੀ ਮੇਰੀ ਦੁਕਾਨ 'ਚ ਆ ਪਿਆ, ਮੇਰੀ ਦੁਕਾਨ 'ਚ ਆ ਪਿਆ, ਮੇਰੇ ਕੋਲ ਵਰਾਇਟੀ ਬੜੀ ਹੈ, ਸਾਰਾ ਕੁਝ ਬਹੁਤ ਹੈ, ਪਰ ਮੈਂ ਤੇ ਇੱਥੇ ਇੱਕ ਨੌਕਰ ਹੈ। ਉਹ ਸੱਜਣਾ ਜੇ ਇੱਕ ਆਮ ਦੁਕਾਨਦਾਰ ਦੇ ਕੋਲ ਲੱਗਿਆ ਹੋਇਆ ਸੇਲਜ਼ਮੈਨ ਇੱਕ ਰੁਮਾਲ ਦਾ ਕੱਪੜਾ ਵੀ ਨਹੀਂ ਦੇ ਸਕਦਾ, ਜੇ ਉਹਨੇ ਦੇਣਾ ਤੇ ਉਸ ਮਾਲਕ ਨੂੰ ਪੁੱਛ ਕੇ ਦੇਣਾ। ਇਹੋ ਕੁਝ ਬਾਕੀਆਂ ਕੋਲ ਹੁੰਦਾ, ਜਿਹੜੇ ਦੇਹਧਾਰੀ ਕਹਿੰਦੇ ਤੇ ਤੈਨੂੰ ਕੁਛ ਨਹੀਂ ਮਿਲਦਾ, ਮੈਂ ਤੇਰੀ ਅਰਦਾਸ ਕਰਾਂਗਾ, ਉਹ ਕਪੜਿਆ ਇਹ ਤਾਂ ਸੋਚ ਲਾ ਉਹ ਅਰਦਾਸ ਕਿੱਥੇ ਕਰਦੇ ਨੇ, ਐਸੇ ਮਾਲਕ ਕੋਲ ਕਰਦੇ ਨੇ, ਕੋਣੇ 'ਚ ਬੈਠਾ ਤੈਨੂੰ ਮਾਲਕ ਨਹੀਂ ਦਿਸਦਾ, ਇਹਨਾਂ ਦੇ ਕੋਲ ਤਾਂ ਇੰਨੀ ਵੀ ਸਮਰੱਥਾ ਨਹੀਂ ਤੇਰੀ ਕਰਵਾਲ ਜੋਗਾ ਕੱਪੜਾ ਦੇ ਲੈਣਾ, ਪਰ ਜਿੱਦਣ ਤੂੰ ਆ ਕੇ ਇਸ ਨਾਲੇ ਨਾਲ ਐਸ ਮਾਲਕ ਨਾਲ ਗੱਲ ਕਰੇਗਾ ਨਾ, ਇਹ ਫਿਰ ਕੀ ਦੇਵੇਗਾ, ਤੈਨੂੰ ਤੈਨੂੰ ਸਿਮਰਨ ਹੱਬ ਕਿਸ਼ ਲੱਦਮ ਵਿਖਮ ਨਾ ਡਿਠਮ ਕੋਈ, ਜਿਸ ਪੱਤ ਰੱਖੇ ਸੱਚਾ ਸਾਹਿਬ ਨਾਨਕ
मेट ना सके कोई। तू करमावे कपड़े नु क्यों प्रेम पटोला तै शह दिता ढकण तू पत मेरी दाना पीना साई मेंडा नानक सार ना जाना तेरी। गुरु नाल जुड़ जाइए मालिक नाल जुड़ जाइए। बुधवार उन्हां लोकां लई सुहिला है जिहड़े गुरु कोल बुध लैके अपना काम सवारदे ने, ते काम सानू आपे ही सवारना पैणा है, किसे ने नहीं सवारना। गुरु की मत लैके आपे ही सवारना पैणा है। छड दीए तवीत पौणे, छड दीए नग पौणे, भरोसा करे जो गुरु ते, छड दीए नग पौणे। इन्हां पत्थरां ने तुहाडा कुछ नहीं जे सवारना, इन्हां धागे तवीतां ने तुहाडा कुछ नहीं जे सवारना। मैं कि बेनती होर करदे आ, समय की उलंघना नहीं करनी। देखो अमिताभ बच्चन संसार उन फॉलो कर रहे हैं, उन सियाने गाने लोगों च गिणिया जा रहे हैं। भावें सिखी का विरोधी एक गल बखरी है, उन्हें अपने बेटे की शादी की हैरानी की गल है। इस योजे बंदे ब्रह्मण ने एक भुलेखा पाया भी सजना तेरे पुत की उम्र थोड़ी है, जे तू ऐश्वर्या विह किया मौत हो जाएगी। किड्डा अनर्थ है दुनिया के, तू सिखा क्यों नहीं सोचता, तेनू गुरु ने किड्डी सोहनी दात दिती है। उन्हें बच्चन आख्या भी हद की है, कह लगे पहला ऐश्वर्या का विह एक दरख्त नाल किया जाएगा, जे कल बनिया जे दरख्त बनेगा तेरे पुत्र का कुछ नहीं। और सजना जे दुनिया जिम्मे मौत कोई खरीद सकता हों, बड़े अमीर लोग बैठे ने मौत खरीद लेते, रब को धोखा नहीं दिता जा सकता। तेरे मन का भुलेखा है, इस काम कंडा पिछ गुरु ने सू कदों ना कंडिया। जो लोग बिलिया जो लोग खोटिया के हंकड़ तो घबरा जाते सन, गुरु ने उस वेले सच आख्या जिन्हों असी अज तक भी नहीं मने। पढ़ते रो तो आग्या पई अकाल की तवे चलायो पंथ, सब सिकन को मैं गुरु मान्यो ग्रंथ, पर मनते कोई नहीं, मनते कोई नहीं। आओ एक पढ़न करिए सतगुरु जी, अज तो बाद मैं कोई रब की गल खोजनी हुई ना तो मैं केवल पढ़ांगा नहीं बल्कि तेरे चरणों में वाके खोजांगा। जो प्रभु को मेरे बोच है खोज शब्द मेरे, मैं तेरे विचों खोजांगा, मैनू पता तेरे दर तो मैनू कभी ठोकर नहीं मिलनी। इतनी बेनती कबूल कर लेना। इको एक भावना है, असीं जरूर सिखी जिहड़ी गुरु देके गया वो अपने जीवन में धारण करिए। प्यार सत्कार नाल आखो जी वाहिगुरु जी का खालसा वाहिगुरु जी की फतेह।